ਬਈ ਤੁਹਾਨੂੰ ਗੱਲ ਦੱਸਦਾ ਨਾ ਯਾਰ ਦੋਸਤਾਂ ਦੀ ਗੱਲ ਦੱਸਦਾ ਮੈਂ ਤੁਹਾਨੂੰ ਮੈਨੂੰ ਕਈ ਵਾਰ ਨਾ ਕੁਝ ਚੀਜ਼ਾਂ ਐਸੀਆਂ ਹੱਸੀ ਵਾਲੀਆਂ ਵੀ ਹੋਈਆਂ ਨੇ ਕਹਿੰਦੇ ਨਾ ਜਦ ਤੁਸੀਂ ਚੜ੍ਹਾਈ ਕਰਦੇ ਹੋ ਨਾ ਤੁਹਾਡੇ ਜਿਹੜੇ ਪੁਰਾਣੇ ਯਾਰ ਦੋਸਤ ਹੁੰਦੇ ਨੇ ਤੁਸੀਂ ਇਹ ਸੋਚਦੇ ਹੋ ਵੀ ਆਪਾਂ ਉਹਨਾਂ ਨੂੰ ਯਾਰ ਬਾਂਹ ਫੜੀਏ ਹੈ ਨਾ ਮਤਲਬ ਯਾਰ ਮੇਰੇ ਨਾਲ ਰਹੇ ਹੋਏ ਨੇ ਹੈ ਨਾ ਜਦਕਿ ਉਹ ਟਾਈਮ ਦੇ ਵਿੱਚ ਮਤਲਬ ਜਦ ਤੁਹਾਡਾ ਮਾੜਾ ਟਾਈਮ ਸੀ ਫਿਰ ਵੀ ਨਹੀਂ ਉਹਨਾਂ ਨੇ ਸਾਥ ਦਿੱਤਾ ਪਰ ਤੁਹਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਲੱਗਦੀ ਹੈ ਨਹੀਂ ਯਾਰ ਜੇ ਮੈਂ ਕਾਮਯਾਬ ਹੋ ਗਿਆ ਤਾਂ ਮੈਂ ਇਹਨਾਂ ਨੂੰ ਕੁਛ ਕਰਾਂ ਤਾਂ ਮੈਨੂੰ ਯਾਦ ਹੈ ਕੋਵਿਡ ਦੇ ਟਾਈਮ ਦੀ ਗੱਲ ਹੈ ਮੇਰੇ ਇੱਕ ਯਾਰ ਦੋਸਤ ਦੀ ਮੈਨੂੰ ਕਾਲ ਆਈ ਵੀ ਬਾਈ ਇੱਦਾਂ ਦਾ ਕਰਕੇ ਮੇਰੀ ਮੰਮੀ ਨੂੰ ਕਰੋਨਾ ਹੋ ਗਿਆ ਅਤੇ ਉਹ DMC ਦੇ ਵਿੱਚ ਐਡਮਿਟ ਹੈ ਅਤੇ ਮੈਨੂੰ ਪੈਸਿਆਂ ਦੀ ਲੋੜ ਹੈ ਉਸ ਸਮੇਂ ਕੋਵਿਡ ਦੇ ਟਾਈਮ 'ਤੇ ਦੇਖੋ ਪੈਸਾ ਸਭ ਦੇ ਕੋਲ ਇੱਕ ਬਹੁਤ ਵੱਡੀ ਜ਼ਰੂਰਤ ਸੀ ਬਹੁਤ ਓਵਰ ਵਾਲੀ ਚੀਜ਼ ਸੀ ਵੀ ਜਾਨਾਂ ਜਾ ਰਹੀਆਂ ਸੀਗੀਆਂ ਅਤੇ ਮੈਨੂੰ ਮੇਰੇ ਯਾਰ ਦੋਸਤ ਦਾ ਫੋਨ ਆਇਆ ਅਤੇ ਮੈਂ ਉਹਨੂੰ ਕਿਹਾ ਮੈਂ ਕਿੰਨੇ ਪੈਸੇ ਦੀ ਲੋੜ ਹੈ ਮੈਨੂੰ ਕਹਿੰਦਾ ਯਾਰ ਸੱਠ ਸੱਤਰ ਕੁ ਹਜ਼ਾਰ ਦੀ ਲੋੜ ਹੈ ਮੇਰੇ ਕੋਲ ਉਸ ਸਮੇਂ 55,000 ਮੇਰੇ ਅਕਾਊਂਟ ਦੇ ਵਿੱਚ ਸੀਗਾ ਅਤੇ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਯਾਰ 55,000 ਤੂੰ ਚੱਕ ਲੈ ਜਾ ਅਤੇ ਤੇਰਾ ਕੰਮ ਸਰ ਜੂਗਾ ਹੈ ਨਾ ਮੈਂ ਉਹ ਬੰਦੇ ਦਾ ਕੰਮ ਸਾਰਿਆ ਚਲੋ 2-3-4 ਦਿਨ ਬਾਅਦ 'ਚ ਨਾ ਮੈਂ ਮਾਰਕੀਟ ਦੇ ਵਿੱਚ ਵੈਸੇ ਰਾਊਂਡ ਲਾ ਰਿਹਾ ਉਹਦਾ ਛੋਟਾ ਬ੍ਰਦਰ ਮਿਲ ਗਿਆ ਮੈਨੂੰ ਮੈਨੂੰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਹੋਰ ਛੋਟੇ ਕਿੱਦਾਂ ਕਹਿੰਦਾ ਵਧੀਆ ਮੈਂ ਕਿਹਾ ਹੋਰ ਮੰਮੀ ਕਿੱਦਾਂ ਕਹਿੰਦਾ ਵੀਰੇ ਸਮਝ ਨਹੀਂ ਆਈ ਮੈਂ ਕਿਹਾ ਤੇਰੀ ਮੰਮੀ ਨੂੰ ਕਰੋਨਾ ਹੋਇਆ ਸੀਗਾ ਕਹਿੰਦਾ ਵੀਰੇ ਤੁਸੀਂ ਉਹ ਬਾਈ ਨੂੰ ਮਤਲਬ ਕਿ ਉਹਦੇ ਵੱਡੇ ਭਰਾ ਦਾ ਚਲੋ ਮੈਂ ਨਾਮ ਨਹੀਂ ਲੈਣਾ ਵੀ ਕਹਿੰਦਾ ਵੀਰੇ ਤੁਸੀਂ ਪੈਸੇ ਦਿੱਤੇ ਸੀ ਮੈਂ ਕਿਹਾ ਹਾਂ ਕਹਿੰਦਾ ਕਿੰਨੇ ਮੈਂ ਕੁਛ ਨਹੀਂ ਮੈਂ ਚੱਲ ਕੋਈ ਨਹੀਂ ਯਾਰ ਤੇਰੇ ਮੰਮੀ ਠੀਕ ਹੋਣੇ ਚਾਹੀਦੇ ਨੇ ਪੈਸਾ ਕੀ ਆ ਆ ਜੂਗਾ ਵਾਪਸ ਕਹਿੰਦਾ ਵੀਰੇ ਉਹਨੇ ਹਰੇਕ ਬੰਦੇ ਨੂੰ ਠੱਗਿਆ ਅੱਛਾ ਆਪਣੀ ਮਾਂ ਦੇ ਨਾਂ 'ਤੇ ਆਪਣੀ ਮਾਂ ਦੇ ਨਾਂ 'ਤੇ ਬਿਕੋਜ਼ ਉਹ ਕਹਿੰਦਾ ਮੇਰੀ ਮਦਰ ਮਰੀ ਨੂੰ ਹੀ 3 ਮਹੀਨੇ ਹੋ ਗਏ ਨੇ ਤੁਸੀਂ ਇਹ ਚੀਜ਼ ਸੋਚੋ ਵੀ ਲੋਕੀ ਕਿੱਡੇ ਗਿਰੇ ਉਹ ਟਾਈਮ ਦੇ ਵਿੱਚ ਮੈਂ ਲੋਕਾਂ ਦਾ ਗਿਰਾਓ ਹੈ ਨਾ ਗਿਰ ਜਦ ਤੁਹਾਡੇ 'ਤੇ ਮਾੜਾ ਟਾਈਮ ਹੁੰਦਾ ਨਾ ਵੀਰੇ ਮਤਲਬ ਸਭ ਤੋਂ ਪਹਿਲਾਂ ਨਾ ਤੁਹਾਡੇ ਤੋਂ ਨਾ ਰਿਸ਼ਤੇ ਦੂਰ ਹੁੰਦੇ ਆ ਮਤਲਬ ਫੈਮਿਲੀ ਠੀਕ ਹੈ ਤੁਹਾਡੇ ਜਿਹੜੇ ਰਿਸ਼ਤੇਦਾਰ ਨੇ ਸਭ ਤੋਂ ਪਹਿਲਾਂ ਤੁਹਾਨੂੰ ਉਹ ਛੱਡਣਗੇ ਭੱਜਣਗੇ ਵੀ ਇਹਨਾਂ ਦੇ ਟਾਈਮ ਮਾੜਾ ਸ਼ੁਰੂ ਹੋ ਗਿਆ ਮਤਲਬ ਪੈਸੇ ਨਾ ਮੰਗ ਲਵੇ ਕਿਤੇ ਹੈ ਨਾ ਵੀ ਆਪਣੇ ਤੋਂ ਪੈਸੇ ਪੂਸੇ ਦੀ ਮੰਗ ਨਾ ਕਰ ਲਵੇ ਕਿਤੇ ਹੈ ਨਾ ਅਤੇ ਮੈਨੂੰ ਯਾਦ ਹੈ ਮਤਲਬ ਕਿ ਉਹ ਦੌਰ ਵੀ ਹੈ ਨਾ ਵੀ ਆਪਾਂ ਮਤਲਬ ਵਕਤ ਦੇ ਨਾਲ ਬੰਦੇ ਬਦਲਦੇ ਹੋਏ ਦੇਖੇ ਨੇ ਮੈਨੇ ਮਤਲਬ ਉਹ ਦੌਰ ਦੇਖਿਆ ਹੋਇਆ ਵੀ ਮਤਲਬ ਕਿ ਜਦ ਤੁਹਾਡਾ ਚੰਗਾ ਟਾਈਮ ਹੈ ਤਾਂ ਤੁਸੀਂ ਵੀਰੇ ਵੀਰੇ ਹੋ ਜਦ ਤੁਸੀਂ ਮਾੜਾ ਟਾਈਮ ਹੈ ਤਾਂ ਤੂੰ ਕੌਣ ਅਤੇ ਮੈਂ ਕੌਣ ਹੈ ਨਾ ਉਹ ਵਕਤ ਬਦਲਦਾ ਜਿਹੜਾ ਨਾ ਉਹ ਮੈਂ ਦੇਖਿਆ ਹੋਇਆ ਲੋਕਾਂ ਦੀਆਂ ਅੱਖਾਂ ਪੜ੍ਹਦੀਆਂ ਲੋਕ ਕਹਿੰਦੇ ਨੇ ਨਾ ਵੀ ਅੱਜ ਕੱਲ੍ਹ ਕਹਿੰਦੇ ਤੁਸੀਂ ਚਿਹਰੇ ਪੜ੍ਹ ਲੈਂਦੇ ਹੋ ਹੈ ਨਾ ਕਿੰਨੇ ਕੁ ਚਿਹਰੇ ਪੜੋਗੇ ਇੱਕ ਇੱਕ ਚਿਹਰੇ ਦੇ ਉੱਤੇ ਕਹਿੰਦੇ ਰਾਵਣ ਨੂੰ ਵੀ ਫੇਲ ਕੀਤਾ ਪਿਆ ਲੋਕਾਂ ਨੇ ਰਾਵਣ ਦੇ ਚਲੋ 10 ਸਿਰ ਸੀਗੇ ਹੈ ਨਾ ਬਟ ਉਹ ਦਿਖਦੇ ਤਾਂ ਸੀਗੇ ਹੈ ਨਾ ਅਤੇ ਲੋਕਾਂ ਦੇ ਵੀਰੇ 100-100 ਮੁਖੋਟੇ ਨੇ ਕਿਹੜਾ ਮੁਖੋਟਾ ਤੁਸੀਂ ਚੇਂਜ ਕਰੋਗੇ ਆਹ ਬਦਲਿਆ ਦੂਜਾ ਆ ਗਿਆ ਆਹ ਬਦਲਿਆ ਦੂਜਾ ਆ ਗਿਆ ਨਾ ਤੁਸੀਂ ਕਿਸੇ ਨੂੰ ਜੱਜ ਨਹੀਂ ਕਰ ਸਕਦੇ ਇੱਥੇ ਵੀ ਕਿਹੜਾ ਇਨਸਾਨ ਤੁਹਾਡੇ ਨਾਲ ਖੜੂਗਾ ਜਾਂ ਕਿਹੜਾ ਇਨਸਾਨ ਤੁਹਾਨੂੰ ਮੌਕੇ 'ਤੇ ਟੰਗ ਕੇ ਚਲਾ ਜਾਊਗਾ